ਅਸਲਾਮ ਵਾਲੇਕਮ ਸੰਜੋ, ਸਾਰੇ ਠੀਕ ਹੋ? ਉਮੀਦ ਹੈ ਸਾਰੇ ਖੈਰ ਫਿਤਨਾ ਸੋ ਖੁਸ਼ ਸੋ ਵੱਲ ਸੋ ਸੰਜੋ। ਅੱਜ ਤਾਂ ਕੱਲ੍ਹ ਜਿਹੜੀ ਆ ਨਾ ਇਹ ਬਾਰਿਸ਼ ਕੋਈ ਨਹੀਂ ਹੋਈ, ਮਜ਼ੀਦ ਅੱਗੇ ਬਾਰਿਸ਼ਾਂ ਦਾ ਰਾਤਾਂ ਸਹੀਆਂ ਨੇ। ਅੱਜ ਡੈਮ ਪਰ ਵੀ ਜਾਣੇ ਨਾਲ ਦਿਲ ਹੈ ਸੀ ਅਤੇ ਉੱਧਰ ਕੋਈ ਨਾ ਗਿਆ ਅਤੇ ਲੈਂਡ ਸਲਾਈਡਿੰਗ ਬਹੁਤ ਜ਼ਿਆਦਾ ਹੋਈ ਹੈ। ਪਰ ਕੱਲ੍ਹ ਗਿਆ ਸਾਂ ਪਹਾੜਾਂ ਦੀ ਸਾਈਡ ਮੈਂ, ਬਹੁਤ ਜ਼ਿਆਦਾ ਜਿਹੜੀ ਆ ਲੈਂਡ ਸਲਾਈਡਿੰਗ ਹੋਈ ਹੈ ਅਤੇ ਅੰਬਾ ਲੱਗੀ ਗਈ ਨੇ, ਮਤਲਬ ਪਾਣੀਆਂ ਪਾਣੀ ਸ਼ਾਣੀ ਜਿਹੜਾ ਨਾ ਸੜਕਾਂ ਮ ਤੁਰਨਾ ਪਿਆ, ਜ਼ਹਿਰ ਜ਼ਮੀਨ ਜਿਹੜੀ ਆ ਨਾ ਹੁਣ ਪਾਣੀ ਨਹੀਂ ਚੜਨੀ ਪਈ ਅਤੇ ਮਜ਼ੀਦ ਹੁਣ ਅੱਲਾ ਪਾ ਕੀ ਹੈ ਕੋਈ ਫਸਲ ਜਿਹੜੇ ਨਾ ਹੈ ਸਨ ਨਾ ਜਿਹੜੀਆਂ ਹੈਰੀਆਂ ਬਾੜੀਆਂ ਵਾਲੇ ਉਹ ਤਾਂ ਫਸਲ ਜਿਹੜੇ ਨਾ ਉਹ ਪੀਲੇ ਦਰਦ ਹੋਈ ਗਏ ਕਿਉਂਕਿ ਪਾਣੀ ਖਲੀ ਗਏ ਨੇ ਬਾੜੀਆਂ ਵਿੱਚ। ਜਿਹੜੀਆਂ ਉਤਨੀਆਂ ਬਾੜੀਆਂ ਹੈ ਸਨ ਨਾ ਉੱਚੀਆਂ ਬਾੜੀਆਂ ਜਿਹੇ ਉਹਨਾਂ ਵਿੱਚ ਫਸਲ ਚੰਗੇ ਨੇ ਕਿਉਂਕਿ ਉਹਨਾਂ ਪਾਣੀ ਹਾਣੀ ਡਿਗੜੀ ਜਾਣਾ ਸੀ ਅਤੇ ਜਿਹੜੀਆਂ ਉਤਨੀਆਂ ਬਾੜੀਆਂ ਤੋਂ ਉਹਨੇ ਪਾਣੀ ਖਲਤਾ ਤਾਂ ਉਹ ਬਾਜਰੇ ਨਾ ਜਿਹੜੇ ਪੀਲੇ ਦਰਦ ਹੋਈ ਗਏ ਨਾ। ਮਜ਼ੀਦ ਅਗਰ ਬਾਰਿਸ਼ਾਂ ਥੋੜ੍ਹੀਆਂ ਜਿਹੀਆਂ ਖਲੀ ਜਾਣ ਅਤੇ ਫਿਰ ਹੈਲ ਜਾਂ ਲਾਸਾਂ ਮੱਕਾਂ ਸ਼ੱਕਾਂ ਹੀ ਅਤੇ ਬਾਜਰਾ ਫਿਰ ਵੀ ਜਿਹੜਾ ਨਾ ਥੋੜ੍ਹੀ ਤਰਾਟ ਜਟ ਕੱਢੀ ਜਾਣਾ, ਲੇਕਿਨ ਜਿਹੜਾ ਨਾ ਮੱਕ ਇਹ ਗਲੀ ਜਾਣੀ ਹੈ। ਬਾਜਰੇ ਵੀ ਜ਼ਾਰਾ ਥੋੜ੍ਹੇ ਜਿਹੇ ਬਹੁਤ ਗਲੇ ਹੈ ਨਾ, ਪੀਲੇ ਦਰਦ ਹੋਏ ਨੇ, ਲੇਕਿਨ ਮੱਕ ਜਿਹੜੀਆਂ ਨੇ ਉਹ ਇਤਨਾ ਜ਼ਿਆਦਾ ਪਾਣੀ ਨਹੀਂ ਚੱਲ ਸਕਣੀ, ਉਹ ਫਾਰਗ ਹੋ ਜਾਣੀ ਹੈ। ਅਤੇ ਮਜ਼ੀਦ ਇਹ ਹੈ ਕਿ ਪਾਣੀ ਹਾਣੀ ਵੀ ਡੈਮ ਨਾ ਬੜਾ ਚੰਨਾ ਪਿਆ, ਕੱਲ੍ਹ ਇਨਸ਼ਾਅੱਲਾ ਪਰਸੋਂ ਜਾਸਾਂ ਤੁਸੀਂ ਨਜ਼ਾਰਾ ਡੈਮ ਨਾਲ ਨਜ਼ਾਰਾ ਕਰਸਾਂ। ਅੱਜ ਕੱਲ੍ਹ ਵਲੌਗ ਜਿਹੜਾ ਨਾ ਕੋਈ ਦਿਲ ਹੀ ਨਹੀਂ ਕਰਨਾ ਕੋਈ ਵਲੌਗ ਸ਼ੌਗ, ਜ਼ਿਆਦਾ ਟਿਕਟਾਕ ਵੀ ਲੱਗੇ ਹੋਣੇ ਆ ਅਤੇ ਉੱਧਰ ਥੋੜ੍ਹਾ ਟਾਈਮ ਵੇਸਟ ਹੋਈ ਜਾਣਾ ਵੈ ਅਤੇ ਇਹਦੇ ਜਿਹੜੇ ਜੱਟ ਜ਼ਿੰਮੇਦਾਰ ਵੀ ਲੱਗੇ ਹੋਏ ਨੇ, ਬਾਜਰਾ ਸ਼ਾਜਰਾ ਜਿਹੜਾ ਨਾ ਉਸ ਹੀ ਤੱਕਣਾ ਸੁਣਨਾ ਪੈਣਾ ਵੈ, ਮੱਕਾ ਸ਼ੱਕਾ ਹੀ। ਉਸ ਤੋਂ ਬਾਅਦ ਕਾਂ ਜਿਹੜਾ ਨਾ ਇਸੀ ਦਰਾਟੀ ਮਾਰਨੀ ਪੈਣੀ ਆ, ਕਾਂ ਛਾੜਨਾ ਪੈਣਾ ਵਾ, ਗਈਆਂ ਵਗੈਰਾ ਰੱਖਣੀਆਂ ਨੇ। ਅਤੇ ਮਜ਼ੀਦ ਆਪਣੀਆਂ ਦੁਆਵਾਂ ਯਾਦ ਰੱਖੇ, ਛੋਟਾ ਜਿਹਾ ਵਲੌਗ ਤੁਸੀਂ ਨਜ਼ਰ ਕਰਨਾ ਕਿਉਂਕਿ ਕੱਲ੍ਹ ਵੀ ਵਲੌਗ ਜਿਹੜਾ ਨਾ ਕੋਈ ਨਹੀਂ ਲਾਇਆ ਅਤੇ ਅੱਜ ਜਿਹੜਾ ਨਾ ਛੋਟਾ ਜਿਹਾ ਵਲੌਗ ਤੁਹਾਨੂੰ ਨਜ਼ਰ ਕਰਸਾਂ। ਜ਼ਰੂਰ ਵਾਚ ਕਰੇ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਯਾਰਾ ਕਰਿਆ ਕਰੋ ਅਤੇ ਜ਼ਰ ਮਾੜਾ ਜਿਹਾ ਬੰਦਾ ਇਸ ਚੀਜ਼ ਦਾ ਪ੍ਰਮੋਟ ਕਰਸੋ ਅਤੇ ਕਰਦਾ ਤੁਸੀਂ ਕੋਈ ਦੁਆ ਸ਼ੁਆ ਨਾਲ ਕੋਈ ਚੈਨਲ ਉੱਪਰ ਲਾ ਜਾਏ। ਨਹੀਂ ਤਾਂ ਆਪਣੀਆਂ ਦੁਆਵਾਂ ਯਾਦ ਰੱਖੇ।